ਸਤਿ ਸ਼੍ਰੀ ਅਕਾਲ ਜੀ, ਸਾਡੇ ਚੈਨਲ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ। ਦੇਖੋ ਜੀ, ਅੱਜ ਇੱਕ ਮੈਨੂੰ ਕਮੈਂਟ ਆਇਆ ਹੈ, ਉਹਨਾਂ ਨੇ ਮੈਨੂੰ ਸਵਾਲ ਕੀਤਾ ਹੈ। ਪਹਿਲੇ ਮੈਂ ਉਹਨਾਂ ਦਾ ਜਵਾਬ ਦਾਂਗੀ, ਉਸ ਤੋਂ ਬਾਅਦ ਆਪਾਂ ਆਪਣੀ ਵੀਡੀਓ ਦੇ ਉਪਾਅ ਦੀ ਗੱਲ ਕਰਾਂਗੇ। ਉਹਨਾਂ ਨੇ ਮੈਨੂੰ ਪੁੱਛਿਆ ਹੈ ਕਿ ਇਹ ਸੌਂਫ, ਜੀਰਾ, ਨਮਕ, ਸ਼ੱਕਰ, ਚਾਵਲ, ਇਹ ਸਾਡੇ ਗ੍ਰਹਿ ਕਿਵੇਂ ਠੀਕ ਕਰਦੇ ਹਨ, ਅਤੇ ਅਸੀਂ ਜੋ ਪੱਥਰ ਪਾ ਦਿੰਦੇ ਹਾਂ, ਰਤਨ ਪਾਉਂਦੇ ਹਾਂ ਅੰਗੂਠੀਆਂ ਵਿੱਚ, ਉਹ ਫਿਰ ਸਾਡੇ ਵਾਸਤੇ ਬੇਕਾਰ ਹੈ। ਦੇਖੋ ਜੀ, ਇਸ ਦਾ ਜਵਾਬ ਕੀ ਹੈ ਮੈਂ ਤੁਹਾਨੂੰ ਦੱਸਦੀ ਹਾਂ। ਮੈਂ ਸਭ ਤੋਂ ਪਹਿਲੇ ਤਾਂ ਮੈਂ ਤੁਹਾਨੂੰ ਕਹਾਂਗੀ ਕਿ ਕੋਈ ਵੀ ਮਹਿੰਗੇ ਮਹਿੰਗੇ ਰਤਨ ਜਾਂ ਮਹਿੰਗੇ ਮਹਿੰਗੇ ਪੱਥਰ ਪਾਉਣ ਦੀ ਕੋਈ ਜ਼ਰੂਰਤ ਨਹੀਂ ਹੈ, ਕਿਉਂਕਿ ਤੁਹਾਡੇ ਘਰ ਵਿੱਚ ਜਿਹੜੀਆਂ ਚੀਜ਼ਾਂ ਪਈਆਂ ਹਨ ਨਾ, ਜਿਹੜਾ ਤੁਹਾਡਾ ਕੁਐਸਚਨ ਹੈ ਕਿ ਲੌਂਗ ਹੋ ਗਿਆ, ਨਮਕ ਹੋ ਗਿਆ, ਸੌਂਫ, ਜੀਰਾ, ਦੁੱਧ, ਸ਼ੱਕਰ, ਚਾਵਲ, ਹਲਦੀ, ਇਹ ਜਿਹੜੀਆਂ ਚੀਜ਼ਾਂ ਹਨ, ਇਹਨਾਂ ਦਾ ਸਿੱਧਾ ਸਿੱਧਾ ਕਨੈਕਸ਼ਨ ਸਾਡੇ ਗ੍ਰਹਿ ਨਾਲ ਹੁੰਦਾ ਹੈ। ਹਰ ਇੱਕ ਚੀਜ਼ ਦਾ ਕਿਸੇ ਨਾ ਕਿਸੇ ਗ੍ਰਹਿ ਨਾਲ ਸਿੱਧਾ ਕਨੈਕਸ਼ਨ ਹੈ, ਠੀਕ ਹੈ। ਅਤੇ ਜਦੋਂ ਅਸੀਂ ਇਹਨਾਂ ਚੀਜ਼ਾਂ ਦਾ ਉਪਾਅ ਜਾਂ ਟੋਟਕਾ ਕਰਦੇ ਹਾਂ, ਤਾਂ ਉਹ ਚੀਜ਼ਾਂ ਸਾਡੇ ਜਿਹੜੇ ਗ੍ਰਹਿ ਖਰਾਬ ਚੱਲ ਰਹੇ ਹਨ, ਜਿਨ੍ਹਾਂ ਦੀ ਦਸ਼ਾ ਠੀਕ ਨਹੀਂ ਚੱਲ ਰਹੀ ਹੈ, ਉਹਨਾਂ ਨੂੰ ਸੰਤੁਲਿਤ ਕਰਦੀ ਹੈ, ਉਹਨਾਂ ਨੂੰ ਸ਼ਾਂਤ ਕਰਦੀ ਹੈ, ਜਿਸ ਨਾਲ ਸਾਡੇ ਘਰ ਵਿੱਚ ਆਉਣ ਵਾਲੀਆਂ ਪਰੇਸ਼ਾਨੀਆਂ ਤੋਂ ਸਾਨੂੰ ਮੁਕਤੀ ਮਿਲਦੀ ਹੈ, ਨਿਜਾਤ ਮਿਲਦੀ ਹੈ, ਸਾਡੇ ਘਰ 'ਚ ਦੁੱਖ ਦੂਰ ਹੁੰਦੇ ਹਨ, ਪੈਸੇ ਦੀ ਪ੍ਰੋਬਲਮ ਚੱਲ ਰਹੀ ਹੁੰਦੀ ਹੈ, ਤਾਂ ਸ਼ੁਕਰ ਦੇ ਗ੍ਰਹਿ ਨਾਲ ਕਿਹੜਾ ਸੰਬੰਧਿਤ ਹੈ, ਜਿਵੇਂ ਮੈਂ ਤੁਹਾਨੂੰ ਦੱਸਦੀ ਹਾਂ, ਲਾਲ ਕੱਪੜਾ ਹੋ ਗਿਆ, ਹੈ ਨਾ, ਸੌਂਫ ਹੋ ਗਿਆ, ਚਿੱਟੀਆਂ ਚੀਜ਼ਾਂ ਹੋ ਗਈਆਂ, ਅਤੇ ਸ਼ੁਕਰ ਗ੍ਰਹਿ ਜਿਹੜਾ ਹੈ ਸਾਨੂੰ ਕਿੰਨੀਆਂ ਹੀ ਲਗਜ਼ਰੀ ਚੀਜ਼ਾਂ ਦਿੰਦਾ ਹੈ। ਇਸ ਨਾਲ ਅਸੀਂ ਆਪਣੇ ਗ੍ਰਹਿ ਜਿਹੜੇ ਹਨ ਸੰਤੁਲਿਤ ਕਰਦੇ ਹਾਂ, ਇਸ ਕਰਕੇ ਅਸੀਂ ਇਹ ਉਪਾਅ ਕਰਦੇ ਹਾਂ। ਅਤੇ ਜੋ ਇਸ ਚੀਜ਼ ਨੂੰ ਇਸ ਤਰ੍ਹਾਂ ਸਮਝਦਾ ਹੈ ਕਿ ਨਹੀਂ ਨਹੀਂ ਇਹ ਕਿਵੇਂ ਨਿੱਕੀਆਂ ਨਿੱਕੀਆਂ ਚੀਜ਼ਾਂ ਨਾਲ ਸਾਡੀ ਲਾਈਫ ਠੀਕ ਹੋਏਗੀ, ਤਾਂ ਮੈਂ ਤੁਹਾਨੂੰ ਤੁਹਾਡੀ ਜਾਣਕਾਰੀ ਵਾਸਤੇ ਦੱਸ ਦੇਵਾਂ। ਬਹੁਤ ਸਾਰੇ ਲੋਕ, ਲੱਖਾਂ ਲੋਕਾਂ ਨੇ ਆਪਣੀ ਜ਼ਿੰਦਗੀ ਨੂੰ ਇਸ ਤਰ੍ਹਾਂ ਹੀ ਘਰ ਵਿੱਚ ਬਿਨਾਂ ਪੈਸੇ ਖਰਚ ਕੀਤੇ ਘਰ ਦੀਆਂ ਪਈਆਂ ਹੋਈਆਂ ਚੀਜ਼ਾਂ ਨਾਲ ਇਹ ਉਪਾਅ ਕਰ ਕਰਕੇ ਆਪਣੀ ਜ਼ਿੰਦਗੀ ਨੂੰ ਜਿਹੜੀ ਨਰਕ ਬਣ ਗਈ ਸੀ ਉਹਨੂੰ ਸਵਰਗ ਬਣਾਇਆ ਹੈ ਜੀ। ਲੋੜ ਹੈ ਸਿਰਫ ਔਰ ਸਿਰਫ ਵਿਸ਼ਵਾਸ ਦੀ, ਠੀਕ ਹੈ ਜੀ। ਉਹਨਾਂ ਨੂੰ ਮੇਰੀ ਜੋ ਸਵਾਲ ਉਹਨਾਂ ਨੇ ਕੀਤਾ ਸੀ, ਉਹਨਾਂ ਨੂੰ ਇਸ ਗੱਲ ਦਾ ਜਵਾਬ ਤਾਂ ਮਿਲ ਗਿਆ ਹੋਏਗਾ। ਹੁਣ ਆਪਾਂ ਗੱਲ ਕਰਦੇ ਹਾਂ ਅੱਜ ਦੇ ਉਪਾਅ ਦੀ। ਅੱਜ ਦਾ ਜਿਹੜਾ ਉਪਾਅ ਹੈ ਬਹੁਤ ਹੀ ਵਧੀਆ ਅਤੇ ਸਾਤਵਿਕ ਉਪਾਅ ਮੈਂ ਲੈ ਕੇ ਆਈ ਹਾਂ। ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ, ਅੱਜ ਤੋਂ ਪਹਿਲਾਂ ਤੁਹਾਨੂੰ ਕਿਸੇ ਨੇ ਵੀ ਇਹ ਉਪਾਅ ਨਹੀਂ ਦੱਸਿਆ ਹੋਏਗਾ। ਅਤੇ ਚਲੋ ਜੀ, ਉਪਾਅ ਦੱਸਣ ਤੋਂ ਪਹਿਲੇ ਹੱਥ ਜੋੜ ਕੇ ਬੇਨਤੀ ਹੈ, ਜੇਕਰ ਵੀਡੀਓ ਚੰਗੀ ਲੱਗ ਰਹੀ ਹੈ, ਵੀਡੀਓ ਨੂੰ ਲਾਈਕ ਕਰੋ ਜੀ। ਜਿਹੜੇ ਮੇਰੇ ਚੈਨਲ 'ਤੇ ਨਵੇਂ ਆਏ ਹਨ, ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ, ਸ਼ੇਅਰ ਕਰੋ, ਅਤੇ ਕਮੈਂਟ ਵਿੱਚ ਆਪਣੀ ਹਾਜ਼ਰੀ ਦੇ ਕੇ ਪਰਮਾਤਮਾ ਦਾ ਆਸ਼ੀਰਵਾਦ ਜ਼ਰੂਰ ਪ੍ਰਾਪਤ ਕਰੋ ਜੀ। ਅਤੇ ਚਲੋ ਜੀ, ਹੁਣ ਆਪਾਂ ਗੱਲ ਕਰਦੇ ਹਾਂ ਅੱਜ ਦੇ ਉਪਾਅ ਦੀ। ਦੇਖੋ, ਉਪਾਅ ਜਿਹੜਾ ਹੈ ਆਪਾਂ ਕਰਨਾ ਹੈ ਸ਼ਨੀਵਾਰ ਨੂੰ, ਪਰ ਸ਼ਨੀਵਾਰ, ਹੁਣ ਇਹ ਵੀਡੀਓ ਤੁਹਾਨੂੰ ਕਦੋਂ ਤੱਕ ਤੁਹਾਡੇ ਕੋਲ ਪਹੁੰਚੇਗੀ, ਇਸ ਕਰਕੇ ਅੱਜ ਸ਼ਨੀਵਾਰ ਇਹ ਉਪਾਅ ਕਰਨਾ ਪੋਸੀਬਲ ਨਹੀਂ ਹੋਏਗਾ। ਅਤੇ ਕੋਈ ਗੱਲ ਨਹੀਂ, ਕਿਉਂਕਿ ਮੈਂ ਤੁਹਾਨੂੰ ਦੱਸ ਦੇਵਾਂ ਕਿ ਸ਼ਨੀਵਾਰ ਦੇ ਉਪਾਅ ਨੂੰ ਇਹ ਕਰਨ ਤੋਂ ਪਹਿਲੇ ਤੁਸੀਂ ਜਿਹੜੇ 6-7 ਦਿਨ ਹਨ, ਤੁਸੀਂ ਇੱਕ ਚੀਜ਼ ਲਿਆਉਣੀ ਹੈ ਜੋ ਕਿ ਤੁਹਾਨੂੰ ਥੋੜ੍ਹਾ ਜਿਹਾ ਔਖਾ ਮਿਲੇਗਾ, ਪਰ ਕੋਸ਼ਿਸ਼ ਕਰੋਗੇ ਤਾਂ ਜ਼ਰੂਰ ਮਿਲ ਜਾਏਗੀ। ਉਹ ਚੀਜ਼ ਕਿਹੜੀ ਹੈ? ਦੇਖੋ ਜੀ, ਤੁਹਾਡੇ ਘਰ ਦੇ ਕੋਲ ਕੋਈ ਵੀ ਐਸੀ ਦੁਕਾਨ ਹੋਏਗੀ ਜੋ ਕਿ ਬਹੁਤ ਵਧੀਆ ਚੱਲਦੀ ਹੋਏਗੀ, ਮਤਲਬ ਬਹੁਤ ਕਸਟਮਰ ਆਉਂਦੇ ਹੈ, ਬਹੁਤ ਲੱਕੀ ਦੁਕਾਨ ਹੋਏਗੀ, ਸਾਰਾ ਦਿਨ ਉਹ ਦੁਕਾਨ ਮਤਲਬ ਭਰੀ ਰਹਿੰਦੀ ਹੈ, ਕਹਿਣ ਦਾ ਮਤਲਬ ਉਹ ਦੁਕਾਨ ਬਹੁਤ ਬਰਕਤ ਵਾਲੀ ਹੋਵੇ, ਉਸ ਦੁਕਾਨ ਤੇ ਤੁਸੀਂ ਜਾਣਾ ਹੈ। ਦੇਖੋ, ਸੁਣਨ ਵਿੱਚ ਥੋੜਾ ਤੁਹਾਨੂੰ ਅਜੀਬ ਲੱਗ ਰਿਹਾ ਹੋਏਗਾ, ਪਰ ਦੇਖਣਾ, ਕਰਕੇ ਦੇਖਣਾ, ਫਿਰ ਤੁਸੀਂ ਮੰਨ ਜਾਓਗੇ ਕਿ ਹਾਂ, ਇਹ ਉਪਾਅ ਜਿਹੜਾ ਤੁਸੀਂ ਦੱਸਿਆ ਸੀ, ਕਿਆ ਉਹਦਾ ਰਿਜ਼ਲਟ ਮਿਲਿਆ ਹੈ। ਠੀਕ ਹੈ ਜੀ, ਉਸ ਦੁਕਾਨ ਤੇ ਜਾਓ, ਠੀਕ ਹੈ, ਕੁਛ ਵੀ ਚੀਜ਼ ਖਰੀਦ ਲਓ, 100 ਰੁਪਿਆ ਲੈ ਕੇ ਜਾਓ, 50 ਰੁਪਿਆ ਲੈ ਕੇ ਜਾਓ, ਸਮਾਨ ਤੁਸੀਂ 10-15 ਦਾ ਲੈ ਲਓ। ਉਹ ਜਿਹੜਾ ਸਮਾਨ ਲੈਣਾ, ਉਸਦਾ ਸਾਡੇ ਉਪਾਅ ਨਾਲ ਕੋਈ ਸੰਬੰਧ ਨਹੀਂ ਹੈ। ਸਮਾਨ ਲੈ ਲਓ, ਫਿਰ ਉਹ ਜੋ ਤੁਹਾਨੂੰ ਵਾਪਸ ਪੈਸੇ ਦੇਣਗੇ ਚੇਂਜ, ਤੇ ਉਸ ਵਿੱਚ ਚੇਂਜ ਵਿੱਚੋਂ ਸਾਨੂੰ 5 ਰੁਪਏ ਦਾ ਸਿੱਕਾ ਚਾਹੀਦਾ ਹੈ।
ਸਿਰਫ ਔਰ ਸਿਰਫ 5 ਰੁਪਏ ਦਾ ਸਿੱਕਾ ਚਾਹੀਦਾ ਹੈ। ਹਾਂਜੀ, ਇਸ ਕਰਕੇ ਮੈਂ ਤੁਹਾਨੂੰ ਕਿਹਾ ਸੀ, ਕਿਉਂਕਿ ਇੱਕ ਵਾਰੀ ਤਾਂ ਹੋ ਸਕਦਾ ਹੈ ਨਾ, ਤੁਹਾਨੂੰ ਉਹ ਜ਼ਰੂਰੀ ਤਾਂ ਨਹੀਂ ਹੈ ਕਿ 5 ਰੁਪਏ ਦਾ ਹੀ ਸਿੱਕਾ ਦੇਵੇ, ਹੈ ਨਾ, ਨਹੀਂ ਮਿਲੇਗਾ। ਦੂਸਰੀ ਵਾਰ ਫਿਰ ਕੁਝ ਖਰੀਦਣ ਜਾਓ ਤੇ 2-3 ਵਾਰ ਜਾਓਗੇ ਉਸ ਦੁਕਾਨ ਤੇ ਖਰੀਦਣ, ਤਾਂ ਤੁਹਾਨੂੰ 5 ਰੁਪਏ ਦਾ ਸਿੱਕਾ ਜ਼ਰੂਰ ਮਿਲ ਜਾਏਗਾ ਜੀ। ਕਾਫੀ ਪ੍ਰਯਾਸ ਕਰਨ ਤੋਂ ਮਿਲੇਗਾ, ਥੋੜੀ ਮਿਹਨਤ ਇਸ ਉਪਾਅ ਵਿੱਚ ਤੁਹਾਨੂੰ ਕਰਨੀ ਪੈਗੀ, ਪਰ 100% ਰਿਜ਼ਲਟ ਮਿਲੇਗਾ, ਜ਼ਿੰਦਗੀ ਤੁਹਾਡੀ ਬਦਲ ਜਾਏਗੀ। ਇੰਨੇ ਪਰਿਵਰਤਨ ਤੁਸੀਂ ਦੇਖੋਗੇ ਜਦੋਂ ਉਹ ਤੁਹਾਨੂੰ ਕੋਲ 5 ਰੁਪਏ ਦਾ ਸਿੱਕਾ ਆ ਜਾਂਦਾ ਹੈ। ਠੀਕ ਹੈ, ਉਸ 5 ਰੁਪਏ ਦੇ ਸਿੱਕੇ ਨੂੰ ਘਰ ਵਿੱਚ ਲਿਆ ਕੇ, ਜੇ ਤਾਂ ਤੁਹਾਡੇ ਕੋਲ ਗੰਗਾ ਜਲ ਹੈ ਜਾਂ ਸਰੋਵਰ ਦਾ ਧਾਰਮਿਕ ਜਿਹੜਾ ਸ਼ੁੱਧ ਜਲ ਹੁੰਦਾ ਹੈ ਤਾਂ ਉਸ ਦੇ ਨਾਲ ਉਸ ਸਿੱਕੇ ਨੂੰ ਧੋ ਦੋ, ਜੇ ਨਹੀਂ ਹੈ ਤਾਂ ਸਿੰਪਲ ਪਾਣੀ ਨਾਲ ਵੀ ਇੱਕ ਵਾਰੀ ਉਸ ਨੂੰ ਧੋ ਦੇਣਾ ਹੈ। ਠੀਕ ਹੈ, ਫਿਰ ਉਸ ਸਿੱਕੇ ਦੇ ਉੱਪਰ ਪਹਿਲੇ ਇੱਕ ਛੋਟਾ ਜਿਹਾ ਚਿੱਟਾ ਕੱਪੜਾ ਲੈ ਲਓ ਜਾਂ ਚਿੱਟਾ ਕਾਗਜ਼ ਲੈ ਲਓ, ਦੋਨੋਂ ਚੱਲਣਗੇ, ਪਰ ਲਾਈਨਾਂ ਵਾਲਾ ਨਾ ਹੋਵੇ ਚਿੱਟਾ ਕਾਗਜ਼। ਉਸ ਦੇ ਉੱਪਰ ਸਿੱਕਾ ਰੱਖ ਦੇਵੋ। ਠੀਕ ਹੈ, ਫਿਰ ਉਸ ਦੇ ਉੱਪਰ 3 ਚੁਟਕੀ, ਠੀਕ ਹੈ, 3 ਚੁਟਕੀ ਹਰੇ ਸੌਂਫ ਪਾਣੇ ਹਨ। ਠੀਕ ਹੈ, ਹਰੇ ਸੌਂਫ ਜਿਹੜੇ ਹੁੰਦੇ ਹਨ ਤੁਹਾਡਾ ਸ਼ੁਕਰ ਗ੍ਰਹਿ ਠੀਕ ਕਰਨਗੇ। ਇਸ ਉਪਾਅ ਦੇ ਨਾਲ ਤੁਹਾਡਾ ਸ਼ੁਕਰ, ਬੁੱਧ, ਬ੍ਰਹਿਸਪਤੀ ਤੇ ਚੰਦਰ, ਇਹ 4 ਗ੍ਰਹਿ ਨੂੰ ਤੁਸੀਂ ਸੰਤੁਲਿਤ ਕਰ ਸਕਦੇ ਹੋ। ਸੌਂਫ ਪਾ ਦਿੱਤੇ 3 ਚੁਟਕੀ, ਉਸ ਤੋਂ ਬਾਅਦ ਥੋੜੀ ਜਿਹੀ ਉਸ ਵਿੱਚ ਪਾ ਦੇਣੀ ਹੈ ਹਲਦੀ ਤੇ ਥੋੜੇ ਜੇ ਪਾਣੀ। ਹਲਦੀ ਮਤਲਬ 1 ਚੁਟਕੀ ਹਲਦੀ ਪਾ ਦੋ। ਠੀਕ ਹੈ, ਤੇ ਚਾਵਲ ਜਿਹੜੇ ਹਨ ਉਹ ਵੀ ਤੁਸੀਂ 3-4 ਚੁਟਕੀ ਚਾਵਲ ਪਾ ਦੋ। ਚਾਵਲ ਜਿਹੜੇ ਹਨ ਖੰਡਿਤ ਨਹੀਂ ਹੋਣੇ ਚਾਹੀਦੇ, ਇਕਦਮ ਸਾਫ਼ ਸੁਥਰੇ ਚਾਵਲ ਹੋਣੇ ਚਾਹੀਦੇ। ਇਹ ਚੀਜ਼ਾਂ ਪਾ ਕੇ ਤੁਸੀਂ ਉਸ ਨੂੰ, ਜੇ ਤਾਂ ਕਾਗਜ਼ ਹੈ ਤਾਂ ਉਸਨੂੰ ਫੋਲਡ ਕਰ ਲਓ, ਕਾਗਜ਼ ਵਿੱਚ ਪਾਈਆਂ ਹਨ ਇਹ ਚੀਜ਼ਾਂ ਤਾਂ ਉਸਨੂੰ ਫੋਲਡ ਕਰ ਲਓ, ਜੇ ਕੱਪੜੇ 'ਚ ਪਾਈਆਂ ਹਨ ਤਾਂ ਉਸਨੂੰ ਧਾਗੇ ਨਾਲ ਉੱਤੋਂ ਬੰਨ ਲਓ, ਤਾਂ ਕਿ ਉਹ ਚੀਜ਼ਾਂ ਮਤਲਬ ਬਾਹਰ ਨਾ ਨਿਕਲਣ। ਠੀਕ ਹੈ, ਜੇ ਕਾਲੇ ਧਾਗੇ ਨੂੰ ਛੱਡ ਕੇ ਕੋਈ ਵੀ ਧਾਗਾ ਯੂਜ਼ ਕਰ ਸਕਦੇ ਹੋ। ਇਹ ਹੁਣ ਸਾਡੀ ਪੋਟਲੀ ਵੀ ਬਣ ਗਈ ਜਾਂ ਉਹ ਪੈਕਟ ਵੀ, ਜੇ ਕਾਗਜ਼ ਵਾਲਾ ਬਣਾਇਆ ਤਾਂ ਪੈਕਟ ਬਣ ਗਿਆ। ਹੁਣ ਤੁਸੀਂ ਉਸ ਜੋ ਆਪਾਂ ਪੋਟਲੀ ਜਾਂ ਕਾਗਜ਼ ਜਿਹੜੀ ਪੈਕਟ ਤਿਆਰ ਕੀਤਾ ਹੈ ਉਸ ਨੂੰ ਭਾਵੇਂ ਤਾਂ ਆਪਣੇ ਪਾਠ ਪੂਜਾ ਸਥਾਨ ਵਾਲੇ ਤੇ ਲੈ ਜਾਓ ਜਾਂ ਆਪਣੇ ਹੱਥ ਵਿੱਚ ਵੀ ਰੱਖ ਕੇ ਤੁਸੀਂ ਪਰਮਾਤਮਾ ਨੂੰ ਯਾਦ ਕਰਨਾ ਹੈ। 5 ਮਿੰਟ ਕਰ ਲਓ, 10 ਮਿੰਟ ਕਰ ਲਓ। ਠੀਕ ਹੈ, ਜਾਪ ਕਰਨਾ ਹੈ, ਸਿਮਰਨ ਕਰਨਾ ਹੈ। ਠੀਕ ਹੈ, ਵਾਹਿਗੁਰੂ ਵਾਹਿਗੁਰੂ ਦਾ ਕਰ ਸਕਦੇ ਹੋ। ਠੀਕ ਹੈ, ਸਿਮਰਨ ਕਰ ਲਓ 5-10 ਮਿੰਟ। ਦੂਸਰੇ ਧਰਮ ਦੇ ਜਿਹੜੇ ਲੋਕ ਹਨ ਉਹ ਮਾਤਾ ਲਕਸ਼ਮੀ ਦਾ ਮੰਤਰ ਕਰ ਲੈਣ, ਓਮ ਸ਼੍ਰੀ ਨਮੇ। ਇਹ ਮਾਂ ਲਕਸ਼ਮੀ ਦਾ ਮੰਤਰ ਹੈ, ਇਹ ਵੀ ਤੁਸੀਂ ਪੜ੍ਹ ਸਕਦੇ ਹੋ, ਇਸ ਨਾਲ ਬਹੁਤ ਤੁਹਾਡੇ ਕੋਲ ਪੈਸਾ ਆਏਗਾ। ਤੇ ਇਹ ਕਰਨ ਤੋਂ ਬਾਅਦ 5-10 ਮਿੰਟ ਤੋਂ ਕਰਨ ਤੋਂ ਬਾਅਦ ਉਸ ਪੋਟਲੀ ਨੂੰ ਜਾਂ ਉਸ ਪੈਕਟ ਨੂੰ ਹਮੇਸ਼ਾ ਆਪਣੇ ਜੇਬ ਵਿੱਚ ਰੱਖਣਾ ਹੈ, ਭਾਵੇਂ ਆਪਣੇ ਪਰਸ ਵਿੱਚ ਰੱਖੋ। ਠੀਕ ਹੈ, ਇਹ 31 ਦਿਨ ਤੱਕ, 1 ਮਹੀਨੇ ਤੱਕ ਤੁਸੀਂ ਆਪਣੀ ਜੇਬ ਵਿੱਚ ਰੱਖਣਾ ਹੈ। ਜਦੋਂ ਘਰ ਵਾਪਿਸ ਆਉਣਾ ਹੈ ਤਾਂ ਉਸਨੂੰ ਤੁਸੀਂ ਘਰ ਤੋਂ ਬਾਹਰ ਜਦੋਂ ਕੱਢ ਦੇਣਾ ਹੈ ਫਿਰ ਅਗਲੇ ਦਿਨ ਉਸ ਨੂੰ ਚਾਰਜ ਕਰਨਾ, ਜਿਸ ਤਰ੍ਹਾਂ ਆਪਾਂ ਮੋਬਾਈਲ ਚਾਰਜ ਕਰਦੇ ਹਾਂ ਨਾ, ਉਹਦੀ ਬੈਟਰੀ ਡਾਊਨ ਹੁੰਦੀ ਹੈ ਤਾਂ ਉਸਨੂੰ ਚਾਰਜ ਕਰਨਾ ਹੈ। ਚਾਰਜ ਕਿਵੇਂ ਕਰਨਾ ਹੈ? ਆਪਾਂ ਉਹੀ ਮੰਤਰ ਪੜ੍ਹ ਕੇ ਓਮ ਸ਼੍ਰੀ ਨਮੇ ਜਾਂ ਫਿਰ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਕੇ, ਜਾਪ ਕਰਕੇ, ਜੋ ਵੀ ਤੁਸੀਂ ਜਿਹੜੇ ਵੀ ਧਰਮ ਦੇ ਲੋਕ ਹੋ ਨਾ, ਜੋ ਮੇਰੀ ਵੀਡੀਓ ਦੇਖ ਰਹੇ ਹੋ, ਜੋ ਤੁਸੀਂ ਪਰਮਾਤਮਾ ਨੂੰ ਯਾਦ ਕਰਨ ਵੇਲੇ ਜਿਸ ਜੋ ਪੜ੍ਹਦੇ ਹੋ, ਮੰਤਰ ਪੜ੍ਹਦੇ ਹੋ, ਜਾਪ ਕਰਦੇ ਹੋ, ਉਹ ਪੜ੍ਹ ਲੈਣਾ। ਠੀਕ ਹੈ, ਉਹ ਤੁਹਾਡਾ ਰੋਜ਼ 5-10 ਮਿੰਟ ਉਸਨੂੰ ਕਰਨਾ ਹੈ। ਉਸ ਦੇ ਨਾਲ ਜਿਸ ਦਾ ਤੁਹਾਡਾ ਮੋਬਾਈਲ ਚਾਰਜ ਹੁੰਦਾ ਹੈ ਤਾਂ ਇਹ ਸਾਡੀ ਪੋਟਲੀ ਵੀ ਚਾਰਜ ਹੋ ਜਾਏਗੀ। 31 ਦਿਨ ਜਾਂ ਮਹੀਨੇ ਦੇ 30 ਦਿਨ ਹਨ ਜਾਂ 31, ਉਹ ਕਰਕੇ ਦੇਖਣਾ। ਜੇਕਰ ਤੁਹਾਨੂੰ 1 ਮਹੀਨੇ ਵਿੱਚ ਲਾਭ ਪਹੁੰਚਦਾ ਹੈ, ਤੁਹਾਡੇ ਘਰ ਦੀਆਂ ਹਾਲਤ ਜਿਹੜੀ ਹੈ ਸੁਧਰਦੀ ਹੈ, ਤੁਹਾਡੇ ਦੁੱਖ ਦੂਰ ਹੁੰਦੇ ਹਨ, ਤਾਂ ਪਲੀਜ਼ ਮੈਨੂੰ ਜ਼ਰੂਰ ਦੱਸਣਾ, ਕਿਉਂਕਿ ਇਹ ਇੱਕ ਐਸੀ ਸ਼ਕਤੀਸ਼ਾਲੀ ਪੋਟਲੀ ਹੈ ਕਿ ਉਹ ਤੁਹਾਡੇ ਸਾਰੇ ਜਿਹੜੇ ਘਰ ਦੇ
ਜਿਹੜੇ ਕੰਮ ਰੁਕੇ ਹਨ ਨਾ ਉਸ ਨੂੰ ਪੂਰਾ ਕਰੇਗੀ ਹੀ ਕਰੇਗੀ। ਫਿਰ ਇੱਕ ਮਹੀਨੇ ਬਾਅਦ ਤੁਸੀਂ ਕੀ ਕਰਨਾ ਹੈ, ਇਸ ਪੋਟਲੀ ਦੇ ਵਿੱਚ ਜਿੰਨੇ ਵੀ ਚਾਵਲ, ਹਲਦੀ ਔਰ ਸੌਂਫ ਆਪਾਂ ਪਾਏ ਹੈ ਉਹਨਾਂ ਨੂੰ ਤਾਂ ਕਿਸੇ ਵੀ ਪੇੜ ਦੇ ਥੱਲੇ ਜਾ ਕੇ ਰੱਖ ਆਉਣਾ, ਪਰ ਸਿੱਕਾ ਕਦੀ ਵੀ ਨਾ ਗੁਮਾਉਣਾ ਨਾ ਹੀ ਉਸਨੂੰ ਪੈਸਿਆਂ ਵਿੱਚ ਮਿਕਸ ਕਰ ਦੇਣਾ, ਅਲੱਗ ਰੱਖਣਾ। ਜੇਕਰ ਤੁਹਾਨੂੰ ਇੱਕ ਮਹੀਨੇ ਵਿੱਚ ਲਾਭ ਪਹੁੰਚਿਆ ਹੈ ਤਾਂ ਅਗਲੇ ਮਹੀਨੇ ਫਿਰ ਤੋਂ ਦੂਸਰੀ ਪੋਟਲੀ ਬਣਾਉਣਾ, ਠੀਕ ਹੈ। ਉਹ ਕਾਗਜ਼ ਵੀ ਯੂਜ਼ ਕਰ ਸਕਦੇ ਹੋ, ਉਹ ਕੱਪੜਾ ਵੀ ਯੂਜ਼ ਕਰ ਸਕਦੇ ਹੋ, ਉਹ ਸਿੱਕਾ ਵੀ ਯੂਜ਼ ਕਰ ਸਕਦੇ ਹੋ, ਨਵੇਂ ਸੌਂਫ, ਨਵੀਂ ਹਲਦੀ, ਨਵੇਂ ਚਾਵਲ ਪਾਉਣੇ ਹਨ, ਠੀਕ ਹੈ ਜੀ। ਹੁਣ ਤੁਹਾਨੂੰ ਅੱਛੀ ਤਰ੍ਹਾਂ ਸਮਝ ਆ ਗਈ ਹੋਏਗੀ, ਤੇ ਚਲੋ ਜੀ ਮੈਨੂੰ ਇਜਾਜ਼ਤ ਦਿਓ, ਮਿਲਦੀ ਹਾਂ ਅਗਲੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੈ ਕੇ।